ਸਾਰੇ ਹਿੰਦੁਸਤਾਨ ਨੂੰ ਦੇਖ ਕੇ ਮੈਨੂੰ ਕਈ ਵਾਰੀ ਹੈਰਾਨੀ ਹੁੰਦੀ ਆ ਵੀ ਕੀ ਮਹਿੰਗਾਈ ਦੀ ਮਾਰ ਇਹਨਾਂ ਚੰਦ ਲੋਕਾਂ ਲਈ ਆ ਸਾਡੇ ਲੋਕਾਂ ਨੂੰ ਉੱਠਣਾ ਪਊਗਾ ਜਾਗਣਾ ਪਊਗਾ ਮੋਦੀ ਸਰਕਾਰ ਨੇ ਲੋਕਾਂ ਦਾ ਉਹ ਕਜੂਮਰ ਕੱਢਿਆ ਪਿਆ ਜਿਹੜੇ ਇਹਨਾਂ ਦੇ ਭਗਤ ਨੇ ਉਹਨਾਂ ਨੂੰ ਮੈਂ ਨਹੀਂ ਕਹਿ ਸਕਦਾ ਪਰ ਆਮ ਬੰਦੇ ਦਾ ਬਹੁਤ ਬੁਰਾ ਹਾਲ ਕਰਤਾ ਸਾਡੇ ਆਮ ਆਦਮੀ ਪਾਰਟੀ ਵੱਲੋਂ ਇੱਕ ਉਪਰਾਲਾ ਕੀਤਾ ਜਾਂਦਾ ਅਸੀਂ ਹਰ ਇੱਕ ਆਵਾਜ਼ ਉਠਾਉਂਦੇ ਹਾਂ ਹਰ ਇੱਕ ਵਾਰੀ ਹਰ ਇੱਕ ਮੁੱਦੇ 'ਤੇ ਅਸੀਂ ਆਵਾਜ਼ ਉਠਾਉਂਦੇ ਹਾਂ ਚਾਹੇ ਉਹ ਕਿਸਾਨਾਂ ਦਾ ਸੀ ਚਾਹੇ ਉਹ ਕਿਸੇ ਦਾ ਸੀਗਾ ਅਸੀਂ ਸਾਡੀ ਕੋਸ਼ਿਸ਼ ਹੁੰਦੀ ਆ ਵੀ ਇਹ ਸਰਕਾਰ ਦੇ ਬੋਲੇ ਕੰਨਾਂ ਵਿੱਚ ਆਵਾਜ਼ ਪਹੁੰਚਾਈਏ ਮੋਦੀ ਸਾਹਿਬ ਨੂੰ ਅਪੀਲ ਆ ਵੀ ਬਹੁਤ ਹੋ ਗਿਆ ਜਦੋਂ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਤੇਲ ਦੀਆਂ ਕੀਮਤਾਂ ਤਾਂ ਬਿਲਕੁਲ ਥੱਲੇ 'ਚ ਗਈਆਂ ਹੋਈਆਂ ਨੇ ਕਰੋਨਾ ਦੀ ਮਾਰ ਦੇ ਵਿੱਚ ਵੀ ਬਿਲਕੁਲ ਜੀਰੋ 'ਤੇ ਚਲੇ ਗਈਆਂ ਸੀ ਉਹ ਤਾਂ ਫ੍ਰੀ ਦੇਣ ਨੂੰ ਫਿਰਦੇ ਸੀ ਇਹ ਉਦੋਂ ਤੋਂ ਇਹਨਾਂ ਨੇ ਸਟਿਲ ਉਹਨੂੰ ਜੋ ਵਧਾਈ ਗਏ ਕੋਈ ਇਹੋ ਜਿਹਾ ਦਿਨ ਨਹੀਂ ਅੱਜ ਤੱਕ ਆਇਆ ਜਿੱਦਣ ਇਹਨਾਂ ਨੇ ਕੋਈ ਕੀਮਤ ਨਾ ਵਧਾਈ ਹੋਵੇ ਔਰ ਇਹਨਾਂ ਨੇ ਰਸੋਈ ਗੈਸ ਦੀ ਲੈ ਲਓ ਜਾਂ ਆਮ ਆਦਮੀ ਦਾ ਬੁਰਾ ਹਾਲ ਕਰਤਾ ਜੀ ਇਹਨਾਂ ਦਾ ਪਤਾ ਨਹੀਂ ਇਹਨਾਂ ਦੀ ਸੋਚ ਆਮ ਲੋਕਾਂ ਲਈ ਨਹੀਂ ਹੈਗੀ ਉਹ ਕੁਛ ਚੰਦ ਘਰਾਣਿਆਂ ਲਈ ਇਹਨਾਂ ਦੀ ਸੋਚ ਕੰਮ ਕਰਦੀ ਹੈ ਜੀ ਔਰ ਸਾਡੀ ਮੋਦੀ ਸਰਕਾਰ ਨੂੰ ਅਪੀਲ ਆ ਅਸੀਂ ਐਂ ਹੀ ਆਵਾਜ਼ ਉਠਾਉਂਦੇ ਰਵਾਂਗੇ ਅਤੇ ਜਿੰਨਾ ਚਿਰ ਇਹ ਸਰਕਾਰ ਸੁੱਤੇ ਨਹੀਂ ਜਾਗਦੀ ਹੈ ਕੁੰਭਕਰਨੀ ਨੀਂਦ ਸੁੱਤੀ ਪਈ ਆ ਇਹਨੂੰ ਉਠਾਉਣਾ ਪਊਗਾ ਮੇਰੀ ਆਮ ਸਾਰੇ ਲੋਕਾਂ ਨੂੰ ਅਪੀਲ ਆ ਵੀ ਰੋਜ਼ ਤੋਂ ਬਿਨਾਂ ਤਾਂ ਮਾਂ ਵੀ ਨਹੀਂ ਦੁੱਧ ਦਿੰਦੀ ਵੀ ਉੱਠੋ ਜਾਗੀਏ ਅੰਬਲਾ ਮਾਰੀਏ ਇਸ ਮਾੜੀ ਸਰਕਾਰ ਨੂੰ ਜੜੋਂ ਪੱਕੀਏ ਤਾਂ ਕਿ ਸਾਡਾ ਹਿੰਦੁਸਤਾਨ ਖੁਸ਼ਹਾਲੀ ਦੇ ਰਾਹ 'ਤੇ ਚੱਲ ਸਕੇ ਅੱਜ ਪ੍ਰਦਰਸ਼ਨ ਇਸ ਲਈ ਹੈ ਜੀ ਕਿ ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰੀ ਪੈਟਰੋਲ ਅਤੇ ਡੀਜ਼ਲ ਦੀ ਕੀਮਤ 100 ਰੁਪਏ ਦਾ ਅੰਕੜਾ ਪਾਰ ਕਰ ਚੁੱਕੀ ਹੈ ਪੈਟਰੋਲ ਅਤੇ ਡੀਜ਼ਲ ਦੇ ਨਾਲ ਨਾਲ ਐੱਲ ਪੀ ਜੀ ਅਤੇ ਗੈਸ ਅਤੇ ਹੋਰ ਜਿਹੜੀ ਜ਼ਰੂਰੀ ਵਸਤੂਆਂ ਨੇ ਜਿਹੜੀਆਂ ਕਿ ਮਿਡਲ ਕਲਾਸ ਅਤੇ ਲੋਅਰ ਮਿਡਲ ਕਲਾਸ ਲਈ ਜਿਉਣ ਲਈ ਜ਼ਰੂਰੀ ਹੁੰਦੀਆਂ ਨੇ ਉਹਨਾਂ ਦੇ ਦਿਨ ਬ ਦਿਨ ਰੇਟ ਵਧੀ ਜਾ ਰਹੇ ਨੇ ਅਤੇ ਮੋਦੀ ਸਰਕਾਰ ਇਹ ਪੱਕਾ ਸਿੱਧ ਕਰ ਰਹੀ ਹੈ ਕਿ ਉਹਨਾਂ ਦਾ ਲੋਕਾਂ ਦੀ ਤਕਲੀਫ ਉਹਨਾਂ ਨੂੰ ਨਹੀਂ ਸੁਣਦੀ ਉਹਨਾਂ ਦੇ ਕੰਨ 'ਤੇ ਜੂ ਨਹੀਂ ਰਹਿੰਦੀ ਕਿਸਾਨ ਪਹਿਲੇ ਪਿੱਟ ਰਹੇ ਸੀਗੇ ਅਤੇ ਹੁਣ ਆਮ ਮਿਡਲ ਕਲਾਸ ਅਤੇ ਗਰੀਬ ਲੋਕ ਵੀ ਤਰਾਹੀ ਤਰਾਹੀ ਕਰ ਰਹੇ ਨੇ ਪਰ ਮੋਦੀ ਸਰਕਾਰ ਨੇ ਟੀਚਾ ਇਹ ਚੱਕਿਆ ਹੋਇਆ ਕਿ ਉਹ ਆਪਣੇ ਜਿਹੜੇ ਹਮਦੋ ਹਮਾਰੇ ਦੋ ਦੇ ਸਿਧਾਂਤ ਨਾਲ ਆਪਣੇ ਪੂੰਜੀਪਤੀ ਜਿਹੜੇ ਇਹਨਾਂ ਦੇ ਦੋਸਤ ਨੇ ਉਹਨਾਂ ਨੂੰ ਹੀ ਫਾਇਦਾ ਦੇਣਗੇ ਭਾਰਤ ਦੀ ਜਨਤਾ ਲਈ ਉਹਨਾਂ ਨੂੰ ਕੋਈ ਪਰਵਾਹ ਨਹੀਂ ਅਸੀਂ ਇਹ ਜ਼ਬਾਨ ਪੱਕੀ ਕਰਦੇ ਹਾਂ ਭਾਰਤ ਦੇ ਲੋਕਾਂ ਨੂੰ ਵਾਅਦਾ ਕਰਦੇ ਹਾਂ ਕਿ ਅਸੀਂ ਤੁਹਾਡੀ ਆਵਾਜ਼ ਨਾ ਇਕੱਲੀ ਉਠਾਵਾਂਗੇ ਪਰ ਅਸੀਂ ਲੜਾਂਗੇ ਵੀ ਜਦ ਤੀ ਭਾਰਤ ਦੇ ਲੋਕਾਂ ਨੂੰ ਇੱਕ ਅੱਛਾ ਜੀਵਨ ਇੱਕ ਸਸਤਾ ਜੀਵਨ ਜਿਉਣ ਦਾ ਹੱਕ ਨਹੀਂ ਮਿਲਦਾ ਆਮ ਆਦਮੀ ਪਾਰਟੀ ਸੰਘਰਸ਼ ਕਰਦੀ ਰਹੇਗੀ ਅੱਜ ਡੀ ਸੀ ਸਾਹਿਬ ਨੂੰ ਮੈਮੋਰੈਂਡਮ ਦਿੱਤਾ ਗਿਆ ਅਤੇ ਅਸੀਂ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿਉਂਕਿ ਦੋਵੇਂ ਸਰਕਾਰਾਂ ਟੈਕਸ ਲਾਉਂਦੀਆਂ ਨੇ ਜੇ ਕੇਂਦਰ ਸਰਕਾਰ ਦੇ ਕੰਨ 'ਤੇ ਜੂ ਨਹੀਂ ਸੜਕ ਰਹੀ ਤਾਂ ਕੈਪਟਨ ਸਾਹਿਬ ਥੋੜ੍ਹੇ ਜਿਹਾ ਟੈਕਸ ਘਟਾ ਕੇ ਲੋਕਾਂ ਨੂੰ ਥੋੜ੍ਹਾ ਜਿਹਾ ਆਰਾਮ ਦੇਣ ਤਾਂ ਕਿ ਆਮ ਆਦਮੀ ਵੀ ਜ਼ਿੰਦਗੀ ਜੀ ਸਕੇ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਜਿਹੜਾ ਤੁਹਾਨੂੰ ਪਤਾ ਵੀ ਤੁਹਾਡੀ ਵੀ ਮੋਟਰਸਾਈਕਲ 'ਚ ਤੇਲ ਪੈਂਦਾ ਸਾਡੀਆਂ ਗੱਡੀਆਂ 'ਚ ਮੋਟਰਸਾਈਕਲਾਂ 'ਚ ਤੇਲ ਪੈਂਦਾ ਤੇਲ ਅੱਜ 100 ਰੁਪਏ ਟੱਚ ਕਰ ਚੁੱਕਿਆ ਔਰ ਮੋਦੀ ਸਾਹਿਬ ਕਹਿੰਦੇ ਹੁੰਦੇ ਸੀ ਵੀ ਮੇਰੀ ਸਰਕਾਰ ਬਣਾਓ ਮੈਂ ਤੁਹਾਨੂੰ ਫਿਰ 50 ਰੁਪਏ ਥੱਲੇ ਤੇਲ ਲੈ ਕੇ ਦਿਖਾਊਂਗਾ ਸਿਲੰਡਰਾਂ ਦੀ ਕੀਮਤਾਂ ਵਾਪਸ ਮੈਂ ਤੁਹਾਨੂੰ ਲੈ ਕੇ ਦਿਖਾਊਂਗਾ ਔਰ ਅੱਜ ਮੋਦੀ ਸਾਹਿਬ ਕਿਉਂ ਚੁੱਪ ਦੇ ਖਾਮੋਸ਼ ਬੈਠੇ ਆ ਅੱਜ 100 ਰੁਪਇਆ ਇੱਕ ਆਮ ਬੰਦਾ ਇੱਕ ਗਰੀਬ ਵਿਅਕਤੀ ਉਹ ਕਿਵੇਂ 100 ਰੁਪਏ ਦਾ ਤੇਲ ਪਵਾ ਸਕਦਾ ਇੱਕ ਲੀਟਰ 100 ਰੁਪਏ ਦਾ ਸੋਚੀ ਨਹੀਂ ਜਾ ਸਕਦੀ ਗੱਲ ਸੋ ਸ਼ਰਮ ਆਉਣੀ ਚਾਹੀਦੀ ਆ ਮੋਦੀ ਗਵਰਨਮੈਂਟ ਨੂੰ ਔਰ ਸ਼ਰਮ ਆਉਣੀ ਚਾਹੀਦੀ ਆ ਇਹਨਾਂ ਦੇ ਜਿਹੜੇ ਭਗਤ ਹੈਗੇ ਆ ਜਿਹੜੇ ਕਹਿੰਦੇ ਵੀ ਬਹੁਤ ਸਹੀ ਆ ਜੀ 100 ਰੁਪਏ ਚੰਗਾ ਹੋ ਗਿਆ ਵੀ ਤੁਸੀਂ ਪਵਾ ਲਓ ਜਿਹੜੇ ਬਾਕੀਆਂ ਵਾਸਤੇ ਤੁਸੀਂ 50 ਰੁਪਏ ਕੱਢ ਦਿਓ ਆਪਣੇ ਵਾਸਤੇ 100 ਰੁਪਏ ਰੱਖ ਲਓ ਸੋ ਬੜੀ ਮੰਦਭਾਗੀ ਗੱਲ ਆ ਅੱਜ ਇੱਕ ਪ੍ਰੋਟੈਸਟ ਅਸੀਂ ਕਰ ਰਹੇ ਹਾਂ ਘੋੜਿਆਂ ਦੇ ਉੱਪਰ ਖੱਚਰਾਂ ਦੇ ਉੱਪਰ ਅਸੀਂ ਮੋਟਰਸਾਈਕਲ ਰੱਖੇ ਆ ਗੱਡਿਆਂ ਦੇ ਉੱਪਰ ਸੋ ਇਹ ਅਸੀਂ ਲੈ ਕੇ ਜਾਵਾਂਗੇ ਐਜ਼ ਇੱਕ ਸਾਈਨ ਦੱਸਣ ਵਾਸਤੇ ਵੀ ਹੁਣ ਜਿਹੜਾ ਪੁਰਾਣਾ ਜ਼ਮਾਨਾ ਦੁਬਾਰਾ ਵਾਪਸ ਆ ਚੁੱਕਿਆ ਉਹ ਇਹ ਦੁਬਾਰਾ ਪੁਰਾਣਾ ਜ਼ਮਾਨਾ ਵਾਪਸ ਆ ਚੁੱਕਿਆ ਹੁਣ ਫਿਰ ਲੋਕਾਂ ਨੂੰ ਘੋੜਿਆਂ ਦੇ ਉੱਪਰ ਖੱਚਰਾਂ ਦੇ ਉੱਪਰ ਜਾਣਾ ਪਿਆ ਕਰਨਾ ਜੇ ਤੁਹਾਡੇ ਵਿੱਚ ਵੀ ਹੈ ਲਿਖਣ ਦੀ ਇੱਛਾ ਸ਼ਕਤੀ ਜੇ ਤੁਹਾਡੇ ਆਲੇ ਦੁਆਲੇ ਵੀ ਹੋ ਰਿਹਾ ਹੈ ਕੁਝ ਗਲਤ ਜੇ ਤੁਸੀਂ ਵੀ ਚਾਹੁੰਦੇ ਹੋ ਸਮਾਜ 'ਚ ਸੁਧਾਰ ਲੈ ਕੇ ਆਉਣਾ ਤਾਂ ਸੋਚਦੇ ਕੀ ਹੋ ਅੱਜ ਹੀ ਜੁੜੋ ਵੌਇਸ ਆਫ ਪੰਜਾਬ ਦੇ ਨਾਲ ਵੌਇਸ ਆਫ ਪੰਜਾਬ ਨੂੰ ਪੰਜਾਬ ਦੇ ਵੱਖ ਵੱਖ ਸ਼ਹਿਰਾਂ 'ਚ ਪੱਤਰਕਾਰਾਂ ਦੀ ਲੋੜ ਹੈ ਸਾਡੇ ਨਾਲ ਇਹਨਾਂ ਮੋਬਾਈਲ ਨੰਬਰਾਂ 'ਤੇ ਸੰਪਰਕ ਕਰੋ 9814400041 9788000870 ਤੁਸੀਂ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡਾ ਈਮੇਲ ਆਈਡੀ ਹੈ voiceofpunjabtv@gmail.com